ਗੁਰਬਾਣੀ ਦੀ ਇਹ ਗੱਲ ਕਥਾ ਵਿੱਚ ਕਿਉਂ ਕੀਤੀ ਗਈ? ਗੁਰੂ ਦੀ ਕੀ ਭਾਵਨਾ ਹੈ? ਮੈਂ 30 ਸਾਲਾਂ ਦੇ ਵਿੱਚ ਜਪਜੀ ਸਾਹਿਬ ਹੀ ਨਹੀਂ ਠੀਕ ਕਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸ਼ਬਦ ਬਹੁਤ ਨੇੜੇ ਦੇ ਨੇ ਅਤੇ ਸਮਝਣ ਵਾਲੇ ਨੇ। ਪਹਿਲਾ ਸ਼ਬਦ ਹੈ ਜੀ ਜ਼ਰੂਰੀ ਅਤੇ ਦੂਜਾ ਸ਼ਬਦ ਹੈ ਜ਼ਰੂਰਤ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜ਼ਰੂਰਤ ਲਈ ਜੁੜੇ ਹਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਜ਼ਰੂਰੀ ਹਨ? ਹੁਣ ਤੁਸੀਂ ਇਹ ਦੇਖੋ, ਜਿੰਨੇ ਵੀ ਸਾਡੇ ਧਾਰਮਿਕ ਉਪਰਾਲੇ ਹਨ, ਉੱਦਮ ਹਨ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ, ਕੀ ਅਸੀਂ ਜ਼ਰੂਰਤਾਂ ਲਈ ਕਰਾਇਆ ਜਾਂ ਗੁਰਬਾਣੀ ਨੂੰ ਜ਼ਰੂਰੀ ਸਮਝ ਕੇ ਸਮਝਣ ਦੇ ਲਈ ਕਰਾਇਆ? ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਉਹਦੇ ਪਿੱਛੇ ਵੀ ਸਾਡੀਆਂ ਆਪਣੀਆਂ ਜ਼ਰੂਰਤਾਂ ਕੰਮ ਕਰਦੀਆਂ ਨੇ। ਇਸ ਤੋਂ ਇਲਾਵਾ ਤੁਸੀਂ ਇਤਿਹਾਸਿਕ ਸਥਾਨਾਂ 'ਤੇ ਜਾਂਦੇ ਹਾਂ, ਹਾਜ਼ਰੀ ਆਪਾਂ ਭਰਦੇ ਹਾਂ, ਉਹਦੇ ਪਿੱਛੇ ਵੀ ਸਾਡੀ ਜ਼ਰੂਰਤਾਂ ਨੇ। ਆਪਣੀ ਜ਼ਿੰਦਗੀ 'ਚੋਂ ਅਸੀਂ ਜ਼ਰੂਰਤਾਂ ਕੱਢ ਦਈਏ ਵੀ ਅਸੀਂ ਗੁਰੂ ਸਾਹਿਬ ਜੀ ਨੂੰ ਜ਼ਰੂਰੀ ਕਰਕੇ ਜਾਣਨਾ ਹੈ, ਸਮਝਣਾ ਹੈ, ਜ਼ਰੂਰੀ ਕਰਕੇ ਜ਼ਰੂਰਤਾਂ ਕੱਢ ਦਈਏ, ਫਿਰ ਅਸੀਂ ਉਸੇ ਭਾਵਨਾ ਦੇ ਵਿੱਚ ਪਾਠ ਕਰ ਪਾਵਾਂਗੇ ਸਮਝਣ ਦੇ ਲਈ। ਫਿਰ ਸ਼ਾਇਦ ਅਸੀਂ ਗੁਰਦੁਆਰਾ ਸਾਹਿਬ ਜਾਣਾ ਵੀ ਘੱਟ ਕਰ ਦੇਵਾਂਗੇ ਜਾਂ ਬੰਦ ਕਰ ਦੇਵਾਂਗੇ, ਜਾਂ ਆਪਾਂ ਫਿਰ ਪਾਠ ਕਰਨਾ ਵੀ ਘੱਟ ਕਰ ਦੇਵਾਂਗੇ, ਬੰਦ ਕਰ ਦੇਵਾਂਗੇ। ਕਿਉਂ? ਕਿਉਂਕਿ ਜ਼ਰੂਰਤ ਕੰਮ ਕਰ ਰਹੀ ਹੈ ਪਿੱਛੇ, ਜ਼ਰੂਰਤ। ਅਸੀਂ ਆਪਣੀ ਜ਼ਰੂਰਤਾਂ ਦਾ ਮੇਲਾ ਲੈ ਕੇ ਗੁਰਦੁਆਰਾ ਸਾਹਿਬ ਆਉਂਦੇ ਹਾਂ, ਇੱਥੋਂ ਤੱਕ ਕਿ ਅਰਦਾਸ ਵੀ, ਉਹਦੇ ਵਿੱਚ ਵੀ ਸਾਡੀ ਆਪਣੀਆਂ ਜ਼ਰੂਰਤਾਂ ਨੇ। ਤੁਸੀਂ ਗੁਰਸਿੱਖਾਂ ਦਾ ਜੀਵਨ ਪੜ੍ਹ ਲਓ, ਗੁਰੂ ਸਾਹਿਬ ਜੀ ਦਾ ਜੀਵਨ ਪੜ੍ਹ ਲਓ, ਗੁਰਬਾਣੀ ਜ਼ਰੂਰੀ ਕਰਕੇ ਉਹਨਾਂ ਨੇ ਜਾਣੀ ਹੈ। ਅਸੀਂ ਇਹ ਸ਼ਬਦ ਬੋਲਦੇ ਹਾਂ, ਅਸੀਂ ਅਰਦਾਸ ਕਰਾਉਣ ਚੱਲੇ ਹਾਂ ਕਿਉਂਕਿ ਅਰਦਾਸ ਵਿੱਚ ਸਾਡੀ ਜ਼ਰੂਰਤਾਂ ਨੇ। ਮੈਂ ਗੁਰਦੁਆਰਾ ਸਾਹਿਬ ਆਪਣੀ ਜ਼ਰੂਰਤਾਂ ਦਾ ਮੇਲਾ ਲੈ ਕੇ ਜਾਵਾਂਗਾ ਅਤੇ ਮੇਰੀ ਜ਼ਰੂਰਤਾਂ ਦਾ ਬੋਲਬਾਲਾ ਹੋਵੇਗਾ ਅਤੇ ਮੈਂ ਆਪਣੀ ਜ਼ਰੂਰਤਾਂ ਪੂਰੀ ਕਰਨਾ ਚਾਹੁੰਦਾ ਹਾਂ। ਗੁਰੂ ਮੇਰੇ ਲਈ ਜ਼ਰੂਰੀ ਥੋੜ੍ਹਾ ਹੈ, ਗੁਰਬਾਣੀ ਨੂੰ ਪੜ੍ਹਨਾ ਸਮਝਣਾ ਮੇਰੇ ਲਈ ਜ਼ਰੂਰੀ ਥੋੜ੍ਹਾ ਹੈ, ਉਹ ਤਾਂ ਪਿੱਛੇ ਜ਼ਰੂਰਤਾਂ ਕੰਮ ਕਰ ਰਹੀਆਂ ਨੇ। ਜ਼ਰੂਰਤਾਂ ਕੱਢ ਦਿਓ, ਕੀ ਫਿਰ ਮੇਰੇ ਲਈ ਗੁਰੂ ਜ਼ਰੂਰੀ ਹੈ? ਸਾਡੀ ਆਪਣੀ ਜ਼ਰੂਰਤਾਂ ਦਾ ਮੇਲਾ। ਫਿਰ ਇੱਕ ਸ਼ਬਦ ਅਸੀਂ ਹੋਰ ਕਹਿੰਦੇ ਹਾਂ, ਬਹੁਤ ਧਿਆਨ ਦਿਓ, ਅਸੀਂ ਇਹ ਕਹਿੰਦੇ ਹਾਂ ਜੀ ਸਾਡੀ ਭਾਵਨਾ। ਮੇਰੀ ਭਾਵਨਾ ਹੈ ਜੀ, ਇਸ ਤੋਂ ਇਲਾਵਾ ਅਸੀਂ ਕੀ ਕਹਿੰਦੇ ਹਾਂ, ਅੱਜ ਹੁਕਮਨਾਮਾ ਇਹੋ ਜਿਹਾ ਆਇਆ, ਮੇਰੀ ਭਾਵਨਾ ਨੂੰ ਠੇਸ ਪਹੁੰਚ ਗਈ। ਇਹੋ ਜਿਹਾ ਹੁਕਮਨਾਮਾ ਅੱਜ ਦੇ ਦਿਨ ਕਿਉਂ ਆ ਗਿਆ? ਭਾਈ ਸਾਹਿਬ ਜੀ ਨੇ ਇਹ ਸ਼ਬਦ ਕਿਉਂ ਪੜ੍ਹਿਆ, ਮੇਰੀ ਭਾਵਨਾ ਨੂੰ ਠੇਸ ਪਹੁੰਚਾ ਦਿੱਤੀ? ਗੁਰਬਾਣੀ ਦੀ ਇਹ ਗੱਲ ਕਥਾ ਵਿੱਚ ਕਿਉਂ ਕੀਤੀ ਗਈ, ਮੇਰੀ ਭਾਵਨਾ ਨੂੰ ਠੇਸ ਪਹੁੰਚ ਗਈ? ਉਸ ਫਲਾਣੇ ਪ੍ਰਚਾਰਕ ਨੇ ਮੇਰੀ ਭਾਵਨਾ ਨੂੰ ਠੇਸ ਪਹੁੰਚਾ ਦਿੱਤੀ। ਹੁਣ ਤੁਸੀਂ ਇੱਕ ਗੱਲ ਹੋਰ ਸੋਚੋ, ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ, ਬਾਣੀ ਨੂੰ ਪ੍ਰਚਾਰਿਆ, ਬਾਣੀ ਨੂੰ ਲਿਖਿਆ, ਬਾਣੀ ਨੂੰ ਸਾਂਭਿਆ, ਦੂਜੇ ਪਾਤਸ਼ਾਹ ਜੀ ਦੀ ਬਾਣੀ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਸਮੁੱਚੀ ਬਾਣੀ ਇੱਕ ਗ੍ਰੰਥ ਵਿੱਚ ਲਿਖੀ ਗਈ, ਸਾਂਭੀ ਗਈ, ਪ੍ਰਕਾਸ਼ਿਤ ਕੀਤੀ ਗਈ। ਚਾਹੇ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਕੋਈ ਵੀ ਰੁੱਸੇ, ਜਹਾਂਗੀਰ ਰੁੱਸੇ, ਕੋਈ ਪਰਵਾਹ ਨਹੀਂ ਕੀਤੀ, ਪਰ ਬਾਣੀ ਨੂੰ ਪ੍ਰਕਾਸ਼ਿਤ ਕੀਤਾ। ਚਾਹੇ ਸ਼ਹੀਦੀ ਹੁੰਦੀ ਹੈ, ਚਾਹੇ ਤਸ਼ੱਦਤਾਂ ਹੁੰਦੀਆਂ, ਚਾਹੇ ਵਿਰੋਧਤਾ ਹੁੰਦੀ ਹੈ, ਚਾਹੇ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ, ਪਰਵਾਹ ਨਹੀਂ ਕੀਤੀ, ਪਰ ਗੁਰੂ ਸਾਹਿਬ ਜੀ ਨੇ ਕਿਹਾ ਇਹ ਬਾਣੀ ਸਿੱਖਾਂ ਤੱਕ ਪਹੁੰਚਣੀ ਚਾਹੀਦੀ ਹੈ। ਇਹ ਗੁਰੂ ਸਾਹਿਬ ਜੀ ਦੀ ਭਾਵਨਾ ਸੀ। ਅਸੀਂ ਤਾਂ ਆਪਣੀ ਭਾਵਨਾ ਦੀ ਗੱਲ ਕਰਦੇ ਹਾਂ। ਅਸੀਂ ਸੋਚਿਆ ਕਿ ਗੁਰੂ ਸਾਹਿਬ ਨੇ ਏਡੀ ਵੱਡੀ ਘਾਲਣਾ ਘਾਲ ਕੇ ਸਾਡੇ ਤੱਕ ਬਾਣੀ ਪਹੁੰਚਾਈ, ਗੁਰੂ ਦੀ ਕੀ ਭਾਵਨਾ ਸੀ? ਅਸੀਂ ਸੋਚਿਆ ਮਨਾ
30 ਸਾਲਾਂ ਤੋਂ ਜਪਜੀ ਸਾਹਿਬ ਹੀ ਗਲਤ ਕਰੀ ਜਾ ਰਿਹਾ, ਗੁਰੂ ਨੂੰ ਠੇਸ ਪਹੁੰਚਦੀ ਹੋਵੇਗੀ। ਗੁਰੂ ਦੀ ਕੀ ਭਾਵਨਾ ਹੈ, ਮੈਂ 30 ਸਾਲਾਂ ਦੇ ਵਿੱਚ ਜਪਜੀ ਸਾਹਿਬ ਹੀ ਨਹੀਂ ਠੀਕ ਕਰ ਪਾਇਆ। ਕਿਉਂ? ਕਿਉਂਕਿ ਅਸੀਂ ਤੇ ਆਪਣੀ ਭਾਵਨਾ ਲੈ ਕੇ ਆਏ, ਸਾਡੀ ਭਾਵਨਾ ਨੂੰ ਕੋਈ ਠੇਸ ਨਾ ਪਹੁੰਚਾਏ। ਕਦੇ ਗੁਰੂ ਦੀ ਭਾਵਨਾ ਨੂੰ ਸੋਚਿਆ ਹੈ, ਗੁਰੂ ਦੀ ਕੀ ਭਾਵਨਾ ਸੀ ਕਿ ਸਿੱਖ ਸਮਝਦਾਰ ਹੋਵੇ, ਸਿੱਖ ਬਾਣੀ ਵਿਚਾਰ ਕੇ ਪੜ੍ਹੇ, ਸਿੱਖ ਬਾਣੀ ਤੋਂ ਆਪਣਾ ਜੀਵਨ ਜਿਉਣਾ ਲੱਭ ਲਵੇ। ਨਹੀਂ, ਸਾਨੂੰ ਤੇ ਸਾਡੀ ਭਾਵਨਾ, ਅਸੀਂ ਤੇ ਅਸੀਂ ਭਾਵਨਾ, ਸਾਡੀ ਜ਼ਰੂਰਤਾਂ, ਕੀ ਸਾਡੇ ਲਈ ਗੁਰੂ ਜ਼ਰੂਰੀ ਹੈ? ਅਸੀਂ ਇਹਦੇ ਉੱਤੇ ਕੰਮ ਨਹੀਂ ਕੀਤਾ, ਇਹਦੇ ਉੱਤੇ ਅਸੀਂ ਸੋਚ ਨੂੰ ਨਹੀਂ ਜੋੜਿਆ, ਨਾ ਅਸੀਂ ਗੁਰਬਾਣੀ ਨੂੰ ਠੀਕ ਰੂਪ ਵਿੱਚ ਪੜ੍ਹਦੇ ਹਾਂ, ਨਾ ਅਸੀਂ ਸੁਧਾਰ ਲੈ ਕੇ ਆਉਂਦੇ ਹਾਂ, ਨਾ ਅਸੀਂ ਗੁਰਬਾਣੀ ਦੇ ਵਿਚਾਰ ਨੂੰ ਮੰਨਦੇ ਹਾਂ, ਨਾ ਅਸੀਂ ਇਹ ਸਰਚ ਕਰਦੇ ਹਾਂ ਵੀ ਸੱਚ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਨੇ ਇਹ ਗੱਲ ਕਹੀ ਹੈ, ਅਸੀਂ ਤੇ ਵਿਰੋਧ ਤਾਂ ਕਰਨੀ ਆ। ਨਹੀਂ ਪਿਆਰ ਵਾਲਿਓ, ਹੁਣ ਅਸੀਂ ਇਹ ਵੇਖੀਏ ਕਿ ਗੁਰੂ ਦੀ ਕੀ ਭਾਵਨਾ ਸੀ, ਜੇ ਗੁਰੂ ਨੇ ਐਡੀ ਘਾਲਣਾ ਘਾਲੀ, ਗੁਰੂ ਦੀ ਕੀ ਭਾਵਨਾ ਸੀ।